اللہ تعالیٰ دی جنی بھی تعریف کریے تھوڑی، ساری کائنات خالق مالک رازق رب العالمین دی ذات پاک لا تعداد بے شمار انگنت بے حد و حساب درود و سلام، امام الانبیاء امام کائنات سیدنا جناب محمد رسول اللہ صلی اللہ علیہ وآلہ وسلم دی ذات گرامی واسطے رحمت و بخش دی دعا، صحابہ اکرام اہل بیت تابعین اعظام اولیاء کرام ائمہ دین محدثین اور بزرگان دین واسطے اس امت دے وچوں جتنے بھی نیک مومن مخلص مواحد بندے اللہ نو پیارے ہو گئے، رب کریم سب دی بخشش اور مغفرت فرمائے، اللہ دا فضل ہے، یہ بھی رب دی مہربانی ہے کہ تسی بڑے ہی نرم دل ہو۔ اللہ اپنے پیغمبر نو فرما رہے نے کہ تہاڈا رحم دل ہونا نرم دل ہونا نرم مزاج ہونا شیریں زباں ہونا یہ بھی اللہ دی رحمت ہے۔ اللہ دی رحمت نال اور اللہ دی مہربانی نال تسی نرم طبیعت والے اور نرم دل والے، اگر تہاڈی طبیعت دے اندر نرمی نہ ہوندی، گرمی گرمی ہوندی، جلال ہی جلال ہوندا، غصہ ہی غصہ ہوندا، تسی سخت دل والے ہوندے، لن فزو من حولک، انہ لوگوں نے تہاڈے قریب آ کے تہاڈی گل بھی نہیں سی سننی۔ یہ جن لوگ تہاڈے قریب آ رہے ہیں یہ تہاڈی نرم دلی دا نتیجہ ہے، تہاڈے اخلاق تو متاثر ہو کے اور تہاڈیاں رحم دلیاں ویکھ کے اور تہاڈیاں کرم نوازیاں دیکھ کے لوگ تہاڈے قریب آ رہے ہیں۔ بلال کتھوں آ گیا ہے، شہیب کتھوں آ گیا ہے، سلمان فارسی کتھوں آ گیا ہے، طفیل بن عمر دوسی کتھوں آ گیا ہے، یہ دور دور تو چل کے تہاڈے قریب آئے نے، تہاڈے مرید بن گئے نے، تہاڈے غلام بن گئے نے۔ اللہ اکبر، میں چند منٹاں دے اندر یہ بات اپنے دوستاں دے گوش گزار کرن دا ارادہ رکھنا، اللہ کرے سونے پیغمبر علیہ الصلوۃ والسلام دی سیرت اور آپ دی سنت عین مطابق ساڈی طبیعت بھی نرم بن جائے، ساڈے دلوں چ سختی ختم ہو جائے، ساڈیاں طبیعتوں چ غصہ ختم ہو جائے۔ مومن بندے، مسلمان بندے اور نیک بندے دی یہ نشانی اللہ نے قرآن چ بیان کیتی، داڑھی رکھن نال بندہ نیک نہیں بنتا، نمازاں پڑھن نال بندہ نیک نہیں بنتا، روزے رکھن نال ہی بندہ نیک نہیں بن جاتا، اور بھی بہت سارے عمل نے۔ ایک نشانی اللہ نے وڈی نشانی یہ بیان کیتی نیک ہون دی تے متقی ہون دی، فرمایا ول قاد مین الغیظ ول عافین عن الناس، جنتی بندیاں دی یہ نشانی ہے کہ وہ اپنے غصے تے کنٹرول رکھدے نے۔ ہوے بندہ حجی نمازی تے ساڑ دا بھریا ہوے، غصے دا بھریا ہوے، ہوے بندہ تجد پڑھن والا
ਅਤੇ ਗੱਲ ਗੱਲ 'ਤੇ ਗੁੱਸੇ ਆ ਜੇ, ਗਾਲਾਂ ਕੱਢੇ ਅਤੇ ਬਦ ਜ਼ੁਬਾਨੀ ਕਰੇ, ਘਰ ਵਾਲੇ ਵੀ ਤੰਗ ਅਤੇ ਬਾਹਰ ਵਾਲੇ ਵੀ, ਕਾਹਦੀ ਨੇਕੀ ਹੈ? ਇਹ ਰੱਬ ਨੇ ਕੁਰਾਨ 'ਚ ਦੱਸਿਆ, ਵੱਲ ਕਾਦੇ ਮੀਨ ਅਲ ਗਈਸ, ਉਹ ਆਪਣੇ ਗੁੱਸੇ ਨੂੰ ਪੀ ਜਾਂਦੇ ਨੇ, ਆਪਣੇ ਗੁੱਸੇ 'ਤੇ ਕੰਟਰੋਲ ਕਰ ਲੈਂਦੇ ਨੇ। ਵੱਲ ਆ ਫੀਨਾ ਨਿਨਾਸ, ਅਤੇ ਜੇ ਕਿਸੇ ਕੋਲੋਂ ਵਾਧਾ ਹੋ ਜਾਏ, ਕੋਈ ਬੰਦਾ ਜ਼ਿਆਦਤੀ ਕਰ ਲੈ, ਅਤੇ ਉਹ ਦੂਸਰਿਆਂ ਦੀ ਗਲਤੀ ਮਾਫ਼ ਵੀ ਕਰ ਦਿੰਦੇ ਨੇ, ਇਹ ਵੀ ਜਜ਼ਬਾ ਰੱਖਦੇ ਨੇ। ਅਗਰ ਕਿਸੇ ਕੋਲੋਂ ਜ਼ਿਆਦਤੀ ਹੋ ਗਈ, ਕਿਸੇ ਨੇ ਪਹਿਲ ਕਰ ਲਈ, ਵਾਧਾ ਕਰ ਲਿਆ, ਅਤੇ ਉਹਦਾ ਇੰਤਕਾਮ ਨਹੀਂ ਲੈਂਦੇ, ਬਦਲਾ ਨਹੀਂ ਲੈਂਦੇ, ਉਹਨੂੰ ਅੱਲਾਹ ਦੀ ਰਜ਼ਾ ਵਾਸਤੇ ਮਾਫ਼ ਕਰ ਦਿੰਦੇ ਨੇ। ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਨਾ, ਆਪਨੇ ਫਰਮਾਇਆ ਤਿੰਨ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਿਲਕੁਲ ਹਕੀਕਤ 'ਤੇ ਮਬਣੀ ਨੇ, ਲੇਕਿਨ ਸਾਡੀ ਅਕਲ ਨਹੀਂ ਮੰਨਦੀ। ਫਰਮਾਇਆ, ਸਦਕਾ ਕਰਨ ਦੇ ਨਾਲ ਮਾਲ ਘਟਦਾ ਨਹੀਂ, ਇਹ ਪੈਗੰਬਰ ਦੀ ਹਦੀਸ ਹੈ ਔਰ ਕੁਰਾਨ ਪਾਕ ਦਾ ਫੈਸਲਾ ਕਿ ਸਦਕੇ ਦੇ ਜ਼ਰੀਏ ਅੱਲਾ ਮਾਲ ਬਣਾਉਂਦਾ, ਸਦਕੇ ਦੇ ਜ਼ਰੀਏ ਅੱਲਾ ਮਾਲ 'ਚ ਬਰਕਤ ਪੈਦਾ ਕਰ ਦਿੰਦਾ, ਅੱਲਾ ਮੁਸੀਬਤਾਂ ਤੋਂ ਪਰੇਸ਼ਾਨੀਆਂ ਤੋਂ ਬਚਾ ਲੈਂਦਾ। ਕਿਉਂ ਜੀ ਅਸੀਂ ਮੁਸਲਮਾਨ ਹਾਂ, ਸਾਡਾ ਈਮਾਨ ਨਹੀਂ ਕਿ ਸਦਕਾ ਕਰਨ ਨਾਲ ਮਾਲ ਘਟਦਾ? ਨਹੀਂ, ਇਹ ਰੱਬ ਨੇ ਆਖਿਆ, ਅਤੇ ਸਾਡੀ ਅਕਲ ਕੀ ਆਉਂਦੀ ਵੀ ਤੇਰੀ ਜੇਬ 'ਚ 100 ਰੁਪਈਆ, ਤੂੰ 20 ਰੁਪਈਏ ਮਸੀਤੇ ਦੇ ਤੇ ਮਗਰ 'ਤੇ 80 ਰਹਿ ਗਏ, ਮੌਲਵੀ ਸਾਹਿਬ ਤੁਸੀਂ ਆਉਂਦੇ ਜੀ ਘਟਦੇ ਨਹੀਂ। ਬਰਕਤ ਦਾ ਮਤਲਬ ਇਹ ਹੁੰਦਾ ਕਿ ਅੱਲਾ ਪਾਕ ਮੁਸੀਬਤ ਤੋਂ ਬਚਾ ਲੈਂਦੇ ਨੇ, ਅੱਲਾ ਅਜ਼ਮਾਇਸ਼ ਤੋਂ ਬਚਾ ਲੈਂਦੇ ਨੇ। ਔਰ ਜਿਹੜਾ ਕੰਮ 500 ਰੁਪਈਏ ਵਿੱਚ ਹੋਣਾ ਹੁੰਦਾ ਹੈ, ਉਹ ਅੱਲਾ 50 'ਚ ਹੀ ਸਾਰ ਦਿੰਦੇ ਨੇ। ਅੱਲਾ ਇੰਜ ਕਰਕੇ ਬਰਕਤ ਪਾਉਂਦੇ ਨੇ, ਜਿੱਥੇ ਬਹੁਤੇ ਪੈਸੇ ਲੱਗਣੇ ਹੋਣ, ਉਹ ਥੋੜ੍ਹੇ ਪੈਸਿਆਂ 'ਚ ਕੰਮ ਹੋ ਜਾਂਦਾ ਹੈ। ਫਰਮਾਇਆ, ਸਦਕਾ ਕਰਨ ਨਾਲ ਮਾਲ ਘਟਦਾ ਨਹੀਂ, ਅਤੇ ਦੂਜੇ ਨੰਬਰ 'ਤੇ ਫਰਮਾਇਆ, ਮਨ ਤਵਾਜ਼ਾ ਲਿਲਾਹ ਰਫਾ ਅਹੁਲਾ, ਜਿਹੜਾ ਬੰਦਾ ਰੱਬ ਵਾਸਤੇ ਨੀਵਾਂ ਹੋ ਜਾਂਦਾ, ਅੱਲਾ ਨੂੰ ਉੱਚਾ ਕਰ ਦਿੰਦੇ ਨੇ। ਅਕਲ ਨਹੀਂ ਮੰਨਦੀ, ਲੇਕਿਨ ਸ਼ਰੀਅਤ ਕਹਿ ਰਹੀ, ਅੱਲਾ ਫਰਮਾ ਰਹੇ ਨੇ, ਪੈਗੰਬਰ ਦੀ ਹਦੀਸ ਹੈ ਕਿ ਜਿਹੜਾ ਬੰਦਾ ਝੁੱਕ ਜਾਂਦਾ, ਕੀ ਆਉਂਦੇ ਨੇ, ਫਲ ਨੀਵੇਂ ਨੂੰ ਲੱਗਦਾ, ਝੁਕੇ ਹੋਏ ਦਰਖਤ ਨੂੰ ਫਲ ਲੱਗਦਾ, ਅਤੇ ਜਿਹੜਾ ਆਕੜਿਆ ਰਹਿੰਦਾ ਉਹਨੂੰ ਫਲ ਨਹੀਂ ਲੱਗਦਾ। ਕਦੀ ਵੇਖਿਆ ਜੇ ਸਫੈਦੇ ਦੇ ਦਰਖਤ ਨੂੰ ਕੋਈ ਖਾਣ ਪੀਣ ਵਾਲਾ ਫਲ ਲੱਗਿਆ ਹੋਏ, ਜਿੰਨੀਆਂ ਸ਼ਾਖਾਂ ਝੁਕਣ ਵਾਲੀਆਂ ਹੋਣ, ਉਹਨੂੰ ਫਲ ਅਤੇ ਮੇਵਾ ਲੱਗਦਾ। ਫਰਮਾਇਆ, ਜਿਹੜਾ ਬੰਦਾ ਅੱਲਾ ਦੀ ਰਜ਼ਾ ਵਾਸਤੇ ਨੀਵਾਂ ਹੁੰਦਾ, ਅੱਲਾ ਨੂੰ ਉੱਚਾ ਕਰ ਦਿੰਦੇ ਨੇ। ਅਤੇ ਤੀਸਰੇ ਨੰਬਰ 'ਤੇ ਆਪਨੇ ਫਰਮਾਇਆ, ਜਿਹੜਾ ਬੰਦਾ ਅੱਲਾ ਦੀ ਰਜ਼ਾ ਵਾਸਤੇ ਕਿਸੇ ਨੂੰ ਮਾਫ਼ ਕਰ ਦਿੰਦਾ, ਅੱਲਾ ਉਹਦੀ ਇੱਜ਼ਤ ਵਧਾ ਦਿੰਦੇ ਨੇ। ਉਹ ਇਹ ਨਾ ਸਮਝੇ ਮੇਰੀ ਧੁਈਨ ਹੋ ਗਈ, ਮੇਰੀ ਬੇਇੱਜ਼ਤੀ ਹੋ ਗਈ ਹੈ। ਸ਼ੈਤਾਨ ਚੌਕੇ ਮਾਰਦਾ, ਸ਼ੈਤਾਨ ਵਸਵਾਸ ਡਾਲਦਾ, ਸ਼ੈਤਾਨ 'ਤੇ ਪਰੇਸ਼ਾਨ ਕਰਦਾ, ਔਰ ਤੂੰ ਅਸਲੋਂ ਹੀ ਮਰਿਆ ਸੀ, ਤੂੰ ਬਦਲਾ ਨਹੀਂ ਲੈ ਸਕਦਾ ਸੀ, ਤੇਰੇ 4 ਭਰਾ, ਤੇਰਾ ਖਾਨਦਾਨ, ਤੂੰ ਉੱਚੀ ਬਰਾਦਰੀ ਦਾ, ਅਤੇ ਤੇਰੇ ਕੋਲ ਪੈਸੇ ਵੀ ਮੌਜੂਦ ਨੇ, ਤੂੰ ਕੋਈ ਇੰਤਕਾਮੀ ਕਾਰਵਾਈ ਨਹੀਂ ਕੀਤੀ। ਸ਼ੈਤਾਨ ਜਿਹੜਾ ਨਾ ਚੌਕੇ ਮਾਰਦਾ ਬੰਦੇ ਨੂੰ, ਅਤੇ ਕਈ ਬੰਦੇ ਸ਼ੈਤਾਨਾਂ ਵਰਗੇ ਹੁੰਦੇ ਨੇ, ਜਿਵੇਂ ਕੁਰਾਨ ਨੇ ਆਖਿਆ ਮੇਰੇ ਨਾਲ ਜਿੰਨਾਂ ਤੀਵਨ ਨਾਸ, ਕਈ ਬੰਦੇ ਸ਼ੈਤਾਨ ਹੁੰਦੇ ਨੇ, ਉਹ ਭੜਕਾਉਂਦੇ ਨੇ, ਉਹ ਯਾਰ ਤੇਰੇ ਕੋਲ ਸਰਿਆ ਹੀ ਕੁਝ ਨਹੀਂ, ਇੱਕ ਕੰਮੀ ਜਿਹਾ ਬੰਦਾ ਤੈਨੂੰ ਗੱਲ ਕਰ ਗਿਆ, ਤੂੰ ਕੁਛ ਨਹੀਂ ਕਰ ਸਕਦਾ ਸੀ, ਉਹਦੇ 'ਤੇ ਕੇਸ ਕਰਵਾ, ਉਹਦੇ 'ਤੇ ਪਰਚਾ ਕਰਵਾ, ਇਹ ਥਾਣਿਆਂ ਕਚਹਿਰੀਆਂ ਦੇ ਧੱਕੇ ਖਾਏਗਾ, ਜ਼ਲੀਲ ਹੋਏਗਾ, ਪਰੇਸ਼ਾਨ ਹੋਏਗਾ, ਆਪ ਵੀ ਪਰੇਸ਼ਾਨ, ਦੂਸਰੇ ਫਰੀਕ ਨੂੰ ਵੀ ਪਰੇਸ਼ਾਨ ਕਰੇਗਾ, ਲੇਕਿਨ ਮਾਫ਼ ਕਰਨ ਦਾ ਜਜ਼ਬਾ ਨਹੀਂ। ਰੱਬ ਦੇ ਨਬੀ ਅਲੈਹਿ ਸਲਾਮ ਫਰਮਾਉਂਦੇ ਨੇ, ਜਿਹੜਾ ਬੰਦਾ ਅੱਲਾ ਵਾਸਤੇ ਕਿਸੇ ਨੂੰ ਮਾਫ਼ ਕਰ ਦਿੰਦਾ, ਅੱਲਾ ਉਹਦੀ ਇੱਜ਼ਤ 'ਚ ਫਰਕ ਨਹੀਂ ਪੈਣ ਦਿੰਦੇ, ਅੱਲਾ ਉਹਦੀ ਇੱਜ਼ਤ ਹੋਰ ਬੁਲੰਦ ਕਰ ਦਿੰਦੇ ਨੇ, ਅੱਲਾ ਉਹਦੀ ਇੱਜ਼ਤ ਵਧਾ ਦਿੰਦੇ ਨੇ। ਆਓ ਜ਼ਰਾ ਪਿਆਰ ਅਤੇ ਮੁਹੱਬਤ ਦੀਆਂ ਦੋ ਗੱਲਾਂ ਸੁਣੋ। ਮੇਰੇ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਅੱਲਾ ਪਾਕ ਫਰਮਾਉਂਦੇ ਨੇ, ਫਾਬਿਮਾ ਰਹਿਮਤਿਮ ਮਿਨੱਲਾਹਿ ਲਿੰਤ ਲਹੁਮ ਵਲਉ ਕੁੰਤ ਫਜ਼ਨ ਗਲੀਜ਼ਲ ਕਲਬ। ਐ ਮੇਰੇ ਮਹਿਬੂਬੇ ਕਰੀਮ ਅਲ ਇਸਲਾਮ, ਇਹ ਵੀ ਅੱਲਾ ਦਾ ਫਜ਼ਲ ਏ ਕਿ ਤੁਹਾਡਾ ਦਿਲ ਬੜਾ ਨਰਮ, ਤੁਹਾਡੀ ਤਬੀਅਤ ਬੜੀ ਨਰਮ ਏ, ਸੁਬਹਾਨ ਅੱਲਾ, ਤੁਹਾਡਾ ਅਖਲਾਕ ਬੜਾ ਪਿਆਰਾ ਏ, ਤੁਹਾਡੇ ਅਖਲਾਕ ਤੋਂ, ਤੁਹਾਡੀ ਮਿੱਠੀ ਤਬੀਅਤ ਤੋਂ,
लोग मुतासर हो गए, इस्लाम कबूल कर रहे ने, दीन दे नेड़े आ रहे ने। वलो कुंता फज़न गलीज़ल क़ल्ब, अगर तुहाडी तबीयत जलाली जज्बाती हुंदी, अगर तुहाडी तबीयत अंदर गुस्सा ही गुस्सा हुंदा, अगर तुहाडी जुबान दे अंदर सख्ती हुंदी, लन फज़ू मिन हौली, इन्हां काफरां ने तुहाडे नेड़े आके गल भी नहीं सी सुननी, तुहाडे करीब ही नहीं सी बैठना। अल्लाह अकबर कबीरा। मेरे अजीज दोस्तो बुजुर्गो, अल्लाह दे पाक पैगंबर दा हौसला वेखे आ जे, आप दा जिगरा वेखे आ जे, आप दी बर्दाश्त वेखे आ जे। अगर कोई गैर खलाकी बात भी करदा है तो मेरे पैगंबर किन्ने हौसले नाल उहदी तरबीयत भी करदे ने, उहदी गल भी सुनदे ने। अल्लाह दे पैगंबर तशरीफ फरमा ने, सहाबा इकराम भी बैठे हुए ने, अल्लाह अकबर, आप दे सारे नमाजी, आप दे जमाती बैठे हुए ने। सुबहान अल्लाह, एक बंदा आया, आके बड़ी अजीब गल करदा है, ध्यान करे आजे, जदों तुसी सुनोगे तुसी भी महसूस करोगे, यार वाकई इन्हें बड़ी अजीब गल कीती है, गल भी बड़ी अजीब करदा है, ते करदा भी अल्लाह दे नबी दे नाल पे आए। अल्लाह अकबर, आप दे रुफाका, आप दे साथी भी मौजूद ने, नबी पाक इस्लाम नू की कहिंदा है, आके कहिंदा है, अल्लाह दे पैगंबर मैनू जिना की इजाजत दे दो, मैनू बदकारी की इजाजत दे दो। अस्तगफिरुल्लाह माज़ल्ला, किड्डी अजीब गल की है। नबी पाक दे सहाबा ने इंज करके नजर चुके वेख्या, एक कौन बंदा है, किहो जी गल करदा पिया है, ते केड़ी हस्ती नाल करदा पिया है, आए मैनू बदकारी की इजाजत दे दो। ते आंदा किन्नू है, अल्लाह दे सोहणे महबूब नू कह रहा है। अल्लाह अकबर, सहाबा दे अंदाज वेखे, सहाबा दे मत्थे ते तेवर वेखे, मेरे पाक पैगंबर इस्लाम ने आ फरमांदे ने, महलन महलन, ऐ मेरे सहाबा रुक जाओ, ऐ मेरे सहाबा ठहर जाओ। आप समझ जाते ने इस बंदे नू, सहाबा समझाणगे इनू गल दी समझ नहीं आएगी। आ फरमांदे ने, इहदी तरबीयत मैं करना वा, इहदी गल मैं सुनना, इनू मैं ही समझावांगा ते गल समझ आएगी। सहाबा नू रोकिया है, आ फरमांदे ने, आ ना मेरे करीब, की कहना चाहना है। अल्लाह दे पाक पैगंबर इस्लाम ने इनू कोल बुला लिया, कोल बिठा लिया है। आ फरमांदे ने, हुण मैनू दस की आना है। आंदा मैनू बदकारी की इजाजत दिती जाए, जिना की इजाजत दिती जाए। नबी पाक अलैहिस्सलाम ने कोई ऐसे अल्फाज नहीं बोले जिदे नाल इहदी दिल आजारी होए, जिदे नाल इहनू गुस्सा आए, जिदे नाल कोई लड़ाई झगड़े की नौबत खड़ी होवे। आपने ये भी नहीं आख्या, तेनू अकल कोई नहीं, तेनू समझ कोई नहीं, तू बड़ा बेवकूफ है, तू जाहिल बंदा है, तू आमक बंदा है, तेनू पता ही कोई नहीं गल किवें करनी है, ते किदे नाल करनी है। ना कोई सहाबा नू इशारा कीता है, इहनू फड़ लो, इहनू धक्के मार मेरी मजलस तो दूर कर दियो, इहो जिहियां गल्लां करदा है। आ वेखो कैसा इमाम है, कैसा लीडर है, कैसा मुरब्बी है, कैसा मुर्शद है, कैसा पीर है, अपने मुरीदां दी तरबीयत किवें करदे ने। आ फरमांदे ने, आ तो हिब्बुल उम्मी का, ओए आण वालिया, जिना ते बदकारी दी इजाजतां लैण वालिया, आ तो हिब्बुल उम्मी का, मैनू दस यही मामला, क्या अपनी अम्मी वास्ते पसंद करना है, अपनी खाला वास्ते पसंद करना है, अपनी फुफो वास्ते पसंद करना है, अपनी बेटी वास्ते, अपनी भैन वास्ते पसंद करना है। ये चार पांच रिश्ते मेरे पाक पैगंबर इस्लाम ने गिनवाए। आप फरमाते ने, इन्हां रिश्तियां वास्ते ये बदकारी, ये जिना वाला मामला क्या तू पसंद करना है। सारिया गल्लां दा जवाब कोई
ਅੰਦਾਜ਼ ਨਾਲ ਦਿੰਦਾ ਏ, ਕਹਿੰਦਾ ਲਾ ਵੱਲਾਹੀ ਅੱਲਾ ਦੀ ਕਸਮੇ ਮੈਂ ਇਹ ਕਦੀ ਵੀ ਪਸੰਦ ਨਹੀਂ ਕਰਦਾ, ਮੈਂ ਆਪਣੀ ਅੰਮੀ ਵਾਸਤੇ ਵੀ ਪਸੰਦ ਨਹੀਂ ਕਰਦਾ, ਆਪਣੀ ਖਾਲਾ ਵਾਸਤੇ ਵੀ ਪਸੰਦ ਨਹੀਂ ਕਰਾਂਗਾ, ਫੁੱਫੀ ਵਾਸਤੇ ਵੀ ਪਸੰਦ ਨਹੀਂ ਕਰਾਂਗਾ, ਭੈਣ ਵਾਸਤੇ ਵੀ ਪਸੰਦ ਨਹੀਂ ਕਰਾਂਗਾ, ਬੇਟੀ ਵਾਸਤੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਅੱਲਾਹ ਅਕਬਰ ਕਬੀਰਾ, ਮੇਰੇ ਸੋਹਣੇ ਨਬੀ ਨੇ ਇਹਨਾਂ ਰਿਸ਼ਤਿਆਂ ਦੀ ਗਿਣਤੀ ਕਿਉਂ ਕੀਤੀ ਏ? ਆਪ ਸਮਝਾਉਣਾ ਚਾਹੁੰਦੇ ਨੇ, ਓਏ ਅੱਲਾਹ ਦੇ ਬੰਦਿਆ, ਉਹ ਜਿਹੜੀ ਔਰਤ ਅੱਲਾਹ ਅਕਬਰ ਤੂੰ ਇਜਾਜ਼ਤ ਪਿਆ ਮੰਗਣਾ ਏ, ਉਹ ਦੂਸਰੀ ਔਰਤ ਜਿਹੜੀ ਏ ਉਹ ਕਿਸੇ ਦੀ ਮਾਂ ਲੱਗਦੀ ਹੋਏਗੀ, ਕਿਸੇ ਦੀ ਖਾਲਾਂ ਲੱਗਦੀ ਹੋਏਗੀ, ਕਿਸੇ ਦੀ ਫੁੱਫੀ ਲੱਗਦੀ ਹੋਏਗੀ, ਕਿਸੇ ਦੀ ਭੈਣ ਲੱਗਦੀ ਹੋਏਗੀ, ਕਿਸੇ ਦੀ ਧੀ ਲੱਗਦੀ ਹੋਏਗੀ। ਜੇ ਤੂੰ ਨਹੀਂ ਪਸੰਦ ਕਰਨਾ ਤੇ ਕੋਈ ਕਿਵੇਂ ਪਸੰਦ ਕਰੇਗਾ? ਜੇ ਤੇਰੀ ਤਬੀਅਤ ਨਹੀਂ ਚਾਹੁੰਦੀ, ਜੇ ਤੇਰਾ ਦਿਲ ਬਰਦਾਸ਼ਤ ਨਹੀਂ ਕਰਦਾ ਤੇ ਕੋਈ ਕਿਵੇਂ ਬਰਦਾਸ਼ਤ ਕਰੇਗਾ? ਮੇਰੇ ਜਵਾਨ ਵੀਰੋ, ਮੇਰੇ ਦੋਸਤੋ ਸਾਥੀਓ, ਮੈਂ ਮੁਹੱਬਤ ਦਾ ਮੈਸੇਜ ਦੇਣਾ ਚਾਹੁੰਦਾ, ਜੇ ਥੋੜ੍ਹਾ ਜਿਹਾ ਧਿਆਨ ਕਰੀਏ ਤੇ ਗੱਲ ਸਮਝ ਆਉਂਦੀ ਏ। ਅੱਲਾਹ ਅਕਬਰ, ਜਿਵੇਂ ਅਸੀਂ ਆਪਣੀਆਂ ਧੀਆਂ ਭੈਣਾਂ ਵਾਸਤੇ ਇਹੋ ਜਿਹੀ ਚੀਜ਼ ਪਸੰਦ ਨਹੀਂ ਕਰਦੇ, ਬਰਦਾਸ਼ਤ ਨਹੀਂ ਕਰਦੇ, ਜਦੋਂ ਕਿਸੇ ਵੱਲ ਗੰਦੀ ਨਜ਼ਰ ਕਰਕੇ ਵੇਖਣਾ ਏ, ਜਦੋਂ ਕਿਸੇ ਵੱਲ ਅੱਖਾਂ ਚੁੱਕ ਕੇ ਵੇਨਾ ਏ, ਸੋਹਣਿਆ ਧਿਆਨ ਕਰ ਲਿਆ ਕਰ, ਯਾਰ ਇਹ ਵੀ ਤਾਂ ਕਿਸੇ ਦੀ ਭੈਣ ਲੱਗਦੀ ਏ, ਇਹ ਵੀ ਤਾਂ ਕਿਸੇ ਦੀ ਬੇਟੀ ਲੱਗਦੀ ਏ, ਇਹ ਵੀ ਤਾਂ ਕਿਸੇ ਦੀ ਫੁੱਫੀ ਲੱਗਦੀ ਏ, ਇਹ ਵੀ ਤਾਂ ਕਿਸੇ ਦੀ ਖਾਲਾਂ ਲੱਗਦੀ ਏ। ਜਦੋਂ ਇਹ ਗੱਲ ਤੇਰੀ ਅਕਲ ਤੇ ਦਿਮਾਗ ਅੰਦਰ ਆ ਜਾਏ, ਇਨਸ਼ਾਲਾ ਤੂੰ ਇਹੋ ਜਿਹੀਆਂ ਬਦਕਾਰੀਆਂ ਤੇ ਬੇਹਯਾਈਆਂ ਕੋਲੋਂ ਬਚ ਜਾਏਗਾ। ਮੇਰੇ ਸੋਹਣੇ ਨਬੀ ਨੇ ਇਹਦੀ ਗੱਲ ਦਾ ਗੁੱਸਾ ਨਹੀਂ ਕੀਤਾ, ਤਾਂ ਬੜੀ ਠੰਡੀ ਤਬੀਅਤ ਨਾਲ ਤੇ ਸੋਹਣੇ ਅੰਦਾਜ਼ ਨਾਲ ਇਹਦੀ ਤਰਬੀਅਤ ਕੀਤੀ ਏ, ਮਸਲਾ ਸਮਝਾ ਦਿੱਤਾ ਏ। ਆ ਫਰਮਾਉਂਦੇ ਨੇ, ਅੱਲਾਹੁਮਾ ਗਫਿਰ ਜ਼ੰਬਹੂ, ਯਾ ਅੱਲਾ ਦੀ ਜ਼ਿੰਦਗੀ ਦੇ ਗੁਨਾਹ ਮੁਆਫ ਕਰ ਦੇ, ਵਤਹਿਰ ਕਲਬਹੂ, ਅੱਲਾ ਇਹਦਾ ਸੀਨਾ ਪਾਕ ਕਰ ਦੇ, ਇਹਦਾ ਦਿਲ ਇਹੋ ਜਿਹੀਆਂ ਸੋਚਾਂ ਤੋਂ ਪਾਕ ਕਰ ਦੇ, ਵਹਸਿਨ ਫਰਜਹੂ, ਯਾ ਅੱਲਾ ਦੀ ਇੱਜ਼ਤੋਂ ਆਬਰੂ ਦੀ ਹਿਫਾਜ਼ਤ ਫਰਮਾ ਲੈ। ਅੱਲਾਹ ਅਕਬਰ, ਸਹਾਬਾ ਬਿਆਨ ਕਰਦੇ ਨੇ, ਹੁਣ ਸਾਰੀ ਜ਼ਿੰਦਗੀ ਗੁਜ਼ਰ ਗਈ ਏ, ਇਸ ਬੰਦੇ ਨੇ ਕਦੀ ਅੱਖ ਚੁੱਕ ਕੇ ਕਿਸੇ ਗੈਰ ਔਰਤ ਵੱਲ ਵੇਖਿਆ ਵੀ ਨਹੀਂ। ਯਾ ਅੱਲਾ ਸਾਡੀ ਵੀ ਇਹੋ ਜਿਹੀ ਤਬੀਅਤ ਬਣਾ ਦੇ। ਨਬੀ ਪਾਕ ਅਲੈਹਿ ਸਲਾਤੋ ਸਲਾਮ ਨੂੰ ਅੱਲਾ ਪਾਕ ਫਰਮਾ ਰਹੇ ਨੇ, ਭਾਬੀ ਮਾ ਰਹਿਮਤਿ ਮਿਨ ਅੱਲਾਹੀ ਲਿੰਤ ਲਹੁਮ ਵਲਉ ਕੁੰਤ ਫਜ਼ਨ ਗਲੀਜ਼ਲ ਕਲਬ। ਮੇਰੇ ਸੋਹਣੇ ਨਬੀ ਇੰਜ ਕਰਕੇ ਜਾ ਰਹੇ ਨੇ, ਅੱਗੇ ਕਬਰਸਤਾਨ ਏ, ਇੱਕ ਕਬਰ ਦੇ ਉੱਤੇ ਬੈਠ ਕੇ ਇੱਕ ਬੀਬੀ ਰੋਈ ਜਾਂਦੀ ਏ, ਪਿੱਟੀ ਜਾਂਦੀ ਏ, ਵਹਿਣ ਪਾਈ ਜਾਂਦੀ ਏ। ਆ ਫਰਮਾਉਂਦੇ ਨੇ, ਬੀਬੀ ਇੱਤਾ ਕਿੱਲਾ ਵਸਬੇਰੀ, ਅੱਲਾ ਕੋਲੋਂ ਡਰ ਜਾ ਤੇ ਆਪਣੀ ਮੁਸੀਬਤ ਤੇ ਸਬਰ ਕਰ ਜਾ, ਆਪਣੀ ਪਰੇਸ਼ਾਨੀ ਤੇ ਸਬਰ ਕਰ ਜਾ। ਇਹਨੇ ਬੜਾ ਕੌੜਾ ਜਵਾਬ ਦਿੱਤਾ ਏ, ਬੜਾ ਰੁੱਖਾ ਜਿਹਾ ਜਵਾਬ ਦਿੱਤਾ ਏ। ਤੇ ਪਤਾ ਕੀ ਆਉਂਦੀ ਏ? ਆਉਂਦੀ, ਜਿਹੜੀ ਮੁਸੀਬਤ ਮੈਨੂੰ ਪਹੁੰਚੀ ਏ, ਜਿਹੜਾ ਸਦਮਾ ਮੈਨੂੰ ਪਹੁੰਚਿਆ ਏ, ਇਹ ਸਦਮਾ ਤੇ ਮੁਸੀਬਤ ਅਗਰ ਤੁਹਾਨੂੰ ਪਹੁੰਚਿਆ ਹੋਵੇ, ਫਿਰ ਮੈਂ ਦੇਖਾਂ ਤੁਸੀਂ ਕਿਵੇਂ ਸਬਰ ਕਰਦੇ ਹੋ, ਮੈਨੂੰ ਸਬਰ ਦੀ ਹਦਾਇਤ ਕਰ ਦੇ ਜੇ, ਮੈਨੂੰ ਸਬਰ ਦੀ ਤਲਕੀਨ ਕਰ ਦੇ ਜੇ। ਅਗਰ ਮੇਰੀ ਮੁਸੀਬਤ ਤੁਹਾਨੂੰ ਪਹੁੰਚੀ ਹੋਵੇ, ਫਿਰ ਮੈਂ ਵੇਖਾਂ ਤੁਸੀਂ ਕਿੰਨਾ ਕੁ ਸਬਰ ਕਰਦੇ ਜੇ। ਅੱਲਾ ਦੇ ਸੋਹਣੇ ਨਬੀ ਨੇ ਇਸ ਬੀਬੀ ਦੇ ਕੌੜੇ ਤੇ ਫਿੱਕੇ ਜਵਾਬ ਦਾ ਗੁੱਸਾ ਨਹੀਂ ਕੀਤਾ, ਆਪਨੇ ਕੋਈ ਇੰਜ ਦੀ ਗੱਲ ਨਹੀਂ ਕੀਤੀ, ਚੰਗਾ ਦਫਾ ਹੋ, ਬੈਠੀ ਰਹੋ ਤੇ ਰੋਈ ਜਾ, ਕੋਈ ਇੰਜ ਦੀ ਗੱਲ ਨਹੀਂ ਕੀਤੀ। ਮੇਰੇ ਸੋਹਣੇ ਪੈਗੰਬਰ ਨੇ ਮਹਿਸੂਸ ਤੇ ਕੀਤਾ ਏ, ਮਗਰ ਆਪਣੇ ਜਜ਼ਬਾਤ ਤੇ ਕੰਟਰੋਲ ਕਰਕੇ ਵਿੱਚੇ ਵਿੱਚੇ ਆਪਣੇ ਦਿਲ ਅੰਦਰ ਇਹਦੀ ਬਾਤ ਨੂੰ ਛੁਪਾਇਆ ਏ। ਆਪ ਚੁੱਪ ਚਪੀਤੇ ਅੱਗੇ ਟੁਰ ਜਾਂਦੇ ਨੇ, ਕਿਸੇ ਨੇ ਦੱਸਿਆ, ਬੀਬੀ ਜਿਹਨੂੰ ਇਹੋ ਜਿਹਾ ਕੌੜਾ ਜਵਾਬ ਦਿੱਤਾ ਈ, ਜਾਣਨੀ ਏ ਕੌਣ ਹਸਤੀ ਏ? ਕਹਿੰਦੀ, ਮੈਨੂੰ ਤੇ ਪਤਾ ਕੋਈ ਨਹੀਂ, ਮੈਂ ਤੇ ਆਪਣੀ ਪਰੇਸ਼ਾਨੀ ਵਿੱਚ ਬੈਠੀ ਹਾਂ। ਤੇ ਜਦੋਂ ਬੰਦਾ
किसी परेशानी के अंदर बैठा होवे उनू सुझ बुझ नहीं रहिंदी, उनू पता कोई नहीं लगता मैनू कोई की कह रहा है, कौन आ रहा है कौन जा रहा है। मैं तो ख्याल नहीं किया, दसन वाले ने दसिया ये तो अल्लाह के नबी मुहम्मद करीम सल्लल्लाहु अलैहि वसल्लम सन है। अल्लाह के नबी ने दौड़ के मेरे पैगंबर दे कोल आई, आके माजरत कर दिए, माफी भी मंग दिए, ते नाले कहंदी है अल्लाह के नबी मेरे को गलती हो गई है, हुण मैं अपनी मुसीबत सबर भी करांगी ते अल्लाह कोलों भी डरांगी, तुसी मैनू माफ कर दियो। मैं परेशानी विच बैठी सी, मैनू पता कोई नहीं लग्या कि अल्लाह के नबी मैनू कोई बात फरमा रहे ने। अल्लाह अकबर कबीरा, मैं परेशानी अंदर जो तुहानू जवाब दिता है ओदी माजरत करनी ते माफी मंगनी आ, तुहाडे नाल वादा करनी आ, आइंदा कदी कबर ते बह के रोवांगी नहीं, अल्लाह कोलों डरदी रहांगी। मैं दसना चाहना वा इस बीबी ने किड्डी औखी गल कीती सी, पर मेरे नबी ने गुस्सा कोई नहीं किया, मेरे नबी ने ठंडी तबीयत नाल एदी गल बर्दाश्त कीती है। जे सोने ने बर्दाश्त किया है ते रब ने नतीजा भी मौके ते विखा दिता है, अल्लाह ने रिजल्ट भी पेश कर दिता है। सोनिया जे तुसी एदी गल बर्दाश्त कीती है हुण माफिया भी ते मंगदी पई है, तुहाडे पैरां विच आके बैठी है। अल्लाह पाक फरमांदे ने फाबे मा रहमत मिन अल्लाही लिंत लखुम वलौ कुंत फज़्ज़न ग़लीज़ल क़ल्ब। अगर तुहाडी तबीयत अंदर सख्ती ते गर्मी हुंदी, किसे बंदे तुहाडी गल नहीं सी सुननी, किसे तुहाडे नेड़े नहीं सी आना। मैं कुरबान जावां मस्जिद नबवी है, सहाबा इकराम भी मौजूद ने, एक बद्दू जिहा बंदा आ गया है, दिहाती बंदा आ गया है, इन्हें मस्जिद नबवी दे कोने विच आके पेशाब करना शुरू कर दिता है। सहाबा नूं मारन वास्ते इन्हूं गिरफ्तार करन वास्ते उठे ने, आपने आवाज दी महलन ऐ मेरे सहाबा ठहर जाओ रुक जाओ, इन्हूं पेशाब करने दो, अगर इहदा पेशाब रुक गया इन्हूं जनाब कोई बीमारी ते तकलीफ हो जाएगी, नवी परेशानी बन जाएगी, इन्हें पेशाब किया है। अल्लाह दे पाक पैगंबर इस्लाम ने इस नौजवान नूं अपने कोल बुला लिया है, अल्लाहु अकबर, ते बड़े ही नरम लहजे नाल, बड़ी खूबसूरत अंदाज नाल, बड़े प्यारे अंदाज नाल आप इहदी तरबीयत फरमा रहे ने। आपने इंज नहीं आख्या ओ तेनू अकल नहीं, तू मस्जिद आके पेशाब करन रहा है, तेरी अकल काम नहीं करती, तू बेवकूफ भी कित्थों आया, इहनूं धक्के मारो कढो इत्थों। कोई इंज दियां गल्लां नहीं कीतियां, आपने कोल बिठा लिया है ते तसल्ली नाल इहनूं समझाया है। आप फरमांदे ने अल्लाह दे बंदिया ये मस्जिदां अल्लाह दे घर ने, ये पेशाब खाने की जगह ने, इत्थे ते नमाज पढ़ी जाती है, कुराने पाक की तलावत की जाती है, इन्हां मस्जिदां दे अंदर अल्लाह का जिक्र किया जाता है, इन्हां मस्जिदां दे अंदर अल्लाह अल्लाह हुंदी है, तू पेशाब जा कीता है। अल्लाह अकबर कबीरा, सोहने तरीके नाल आपने एदी तरबीयत कीती ते समझा दिता, सहाबां नूं भी मसला दसिया। आप फरमांदे ने एक पानी दा डोल मंगवाया, पानी दा डोल मंगवा के फरमाया पेशाब वाली जगह ते रोड़ देवो, जगह पाक ते साफ हो जाएगी। मैं दसना चाहना वा नबी पाक दे अखलाक तो मुतासर हो गया, एदी तरबीयत हो गई, मसला समझ आ गया। अल्लाह पाक फरमांदे ने सुनिया अगर तुहाडी तबीयत अंदर गुस्सा ही गुस्सा हुंदा, इन्हां लोकां ने तुहाडी गल कदों सुननी सी, इन्हां ने तुहाडी गल कदों मननी सी। वलौ कुंत फज़्ज़न ग़लीज़ल क़ल्ब लन फज़्ज़ू मिन हौलिक। अल्लाहु अकबर कबीरा, मदीना पाक दा वाकया है, एक सरदार बंदे नूं, एक चौधरी किस्म दे बंदे नूं सहाबा इकराम ने पकड़िया, गिरफ्तार किया है, मस्जिद नबवी दे थम्मे नाल लिया के बन छड़िया है। अल्लाह दे पैगंबर नूं खबर मिली, महबूब मस्जिद दे अंदर तशरीफ लियाए। आप फरमांदे ने इत्थे
ਉਹੀ ਸੁਮਾਮਾ ਬਿਨ ਸਾਲੇ ਜਿਹਦੀ ਗ੍ਰਿਫਤਾਰੀ ਦੇ ਮੈਂ ਵਰੰਟ ਜਾਰੀ ਕੀਤੇ ਸਨ, ਸਹਾਬਾ ਨੇ ਕਾਬੂ ਕਰ ਲਿਆ। ਆਪ ਫਰਮਾਉਂਦੇ ਨੇ, ਸੁਮਾਮਾ ਸੁਣਾ ਤੇਰੇ ਹਾਲਾਤ ਕੈਸੇ ਨੇ? ਕਹਿੰਦਾ, ਜੇ ਤੁਸੀਂ ਮੈਨੂੰ ਆਜ਼ਾਦ ਕਰ ਦਿਓਗੇ ਤੁਹਾਡੀ ਨੇਕੀ ਜ਼ਿੰਦਗੀ ਭਰ ਨਹੀਂ ਭੁੱਲਾਂਗਾ, ਯਾਦ ਰੱਖਾਂਗਾ, ਇਹਸਾਨ ਦਾ ਬਦਲਾ ਇਹਸਾਨ ਨਾਲ ਦੇਵਾਂਗਾ। ਅਗਰ ਤੁਸੀਂ ਮੈਨੂੰ ਮਰਵਾ ਦੇਵੋਗੇ, ਕਤਲ ਕਰਵਾ ਦੇਵੋਗੇ, ਬਦਲਾ ਲੈਣ ਵਾਲੇ, ਕਤਲ ਦਾ ਬਦਲਾ ਲੈਣ ਵਾਲੇ ਮੇਰੇ ਵਾਰਸ ਵੀ ਮੌਜੂਦ ਨੇ। ਅੱਲਾਹ ਅਕਬਰ ਕਬੀਰਾ। ਨਬੀ ਪਾਕ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ, ਸੁਮਾਮਾ ਮੇਰੇ ਵੱਲ ਵੇਖਤੇ ਸਹੀ। ਕਹਿੰਦਾ, ਕਾਇਨਾਤ ਦੇ ਅੰਦਰ ਸਾਰੇ ਇਨਸਾਨਾਂ ਦੇ ਵਿੱਚੋਂ ਤੂੰ ਹੀ ਮੈਨੂੰ ਬੁਰਾ ਨਜ਼ਰ ਆਉਣਾ ਹੈ। ਅਸਤਗਫਿਰੁੱਲਾ ਮਾਜ਼ੱਲਾ। ਇਹ ਜਿਹੜਾ ਮਦੀਨਾ ਸ਼ਹਿਰ ਹੈ, ਕਾਇਨਾਤ ਦੀਆਂ ਸਾਰੀਆਂ ਬਸਤੀਆਂ ਵਿੱਚੋਂ ਇਹ ਮੈਨੂੰ ਬੁਰੀ ਬਸਤੀ ਨਜ਼ਰ ਆਉਂਦੀ ਹੈ। ਮਦੀਨੇ ਸ਼ਹਿਰ ਵਰਗੀ ਬਸਤੀ ਬਸਤੀ ਬੁਰੀ ਕੋਈ ਨਹੀਂ, ਅਤੇ ਤੁਹਾਡੀ ਸੂਰਤ ਜੈਸੀ ਬੁਰੀ ਸੂਰਤ ਕੋਈ ਨਹੀਂ। ਇਹੋ ਜਿਹੀਆਂ ਗੱਲਾਂ ਕਰਦਾ ਹੈ, ਪਰ ਮੇਰੇ ਸੋਹਣੇ ਨਬੀ ਨੇ ਇਹਦੀ ਛਤਰੌਲ ਨਹੀਂ ਕੀਤੀ, ਇਹਨੂੰ ਮਾਰਿਆ ਕੁੱਟਿਆ ਨਹੀਂ, ਗੁੱਸਾ ਗਿਲਾ ਨਹੀਂ ਕੀਤਾ, ਕੋਈ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਕੀਤਾ। ਦੂਸਰੇ ਦਿਨ ਮਹਿਬੂਬ ਤਸ਼ਰੀਫ ਲਿਆਏ, ਇਹੋ ਹੀ ਗੱਲਾਂ ਬਾਤਾਂ। ਤੀਸਰੇ ਦਿਨ ਆਏ, ਇਹੋ ਹੀ ਗੱਲਾਂ ਬਾਤਾਂ। ਮੇਰੇ ਪਾਕ ਪੈਗੰਬਰ ਇਸਲਾਮ ਨੇ ਇਹਦੀਆਂ ਖਿਦਮਤਾਂ ਵੀ ਕਰਵਾਈਆਂ, ਫਰਮਾਇਆ ਇਹਨੂੰ ਦੁੱਧ ਪਿਲਾਇਆ ਕਰੋ, ਇਹਨੂੰ ਖਾਣਾ ਵੀ ਖਿਲਾਇਆ ਕਰੋ। ਅੱਲਾਹ ਅਕਬਰ ਕਬੀਰਾ। ਇਹ ਤਿੰਨ ਦਿਨ ਮਸਜਿਦ ਨਬਵੀ ਦੇ ਅੰਦਰ ਗੁਜ਼ਾਰਦਾ ਏ। ਨਬੀ ਪਾਕ ਦੇ ਨਮਾਜ਼ੀਆਂ ਦੇ ਅਖਲਾਕ ਵੀ ਵੇਂਦਾ ਏ, ਕੁਰਾਨ ਦੀਆਂ ਤਲਾਵਤਾਂ ਵੀ ਸੁਣਦਾ ਏ, ਨਬੀ ਪਾਕ ਦੀਆਂ ਮੁਹੱਬਤਾਂ ਵੀ ਵੇਂਦਾ ਏ। ਅੱਲਾਹ ਅਕਬਰ ਕਬੀਰਾ। ਇੱਥੇ ਵੱਡੇ ਛੋਟੇ ਦਾ ਫਰਕ ਕੋਈ ਨਹੀਂ, ਸਾਰੇ ਇੱਕ ਦੂਜੇ ਦੀ ਇੱਜ਼ਤ ਕਰਦੇ ਨੇ, ਇਹਤਰਾਮ ਕਰਦੇ ਨੇ, ਇਹ ਸਾਰੀਆਂ ਗੱਲਾਂ ਵੇਂਦਾ ਅਤੇ ਸੁਣਦਾ ਏ। ਮੇਰੇ ਪਾਕ ਪੈਗੰਬਰ ਇਸਲਾਮ ਫਰਮਾਉਂਦੇ ਨੇ, ਇਹਨੂੰ ਛੱਡ ਦਿਓ, ਇਹਨੂੰ ਆਜ਼ਾਦ ਕਰ ਦਿਓ। ਸਹਾਬਾ ਨੇ ਇਹਦੇ ਰੱਸੇ ਖੋਲ ਦਿੱਤੇ ਨੇ, ਇਹਨੂੰ ਆਜ਼ਾਦ ਕਰ ਦਿੱਤਾ ਏ। ਇਹ ਮਸਜਿਦ ਨਬਵੀ ਚੋਂ ਨਿਕਲਿਆ, ਮਦੀਨਿਓਂ ਬਾਹਰ ਜਾ ਕੇ ਇਹਨੂੰ ਸੋਚ ਆਈ, ਮੈਂ ਬੜੀ ਸਖਤੀ ਕਰਦਾ ਰਿਹਾ ਪਰ ਅੱਗੋਂ ਨਰਮੀ ਨਾਲ ਮੈਨੂੰ ਪੇਸ਼ ਆਉਂਦੇ ਰਹਿਣੇ, ਮੈਂ ਗੁੱਸੇ ਨਾਲ ਬੋਲਦਾ ਰਿਹਾ, ਸਰਕਾਰ ਮੁਸਕਰਾਉਂਦੇ ਹੀ ਰਹਿਣੇ। ਇੰਜ ਮਾਲੂਮ ਹੁੰਦਾ ਏ, ਇਹ ਤੇ ਅੱਲਾਹ ਦੇ ਸੱਚੇ ਨਬੀ ਨੇ, ਅੱਲਾਹ ਦੇ ਸੱਚੇ ਰਸੂਲ ਨੇ। ਅੱਲਾਹ ਅਕਬਰ ਕਬੀਰਾ। ਦੌੜ ਕੇ ਵਾਪਸ ਆਇਆ, ਆ ਕੇ ਕਹਿੰਦਾ ਏ, ਕਲਮਾ ਪੜਾਓ ਮੈਨੂੰ, ਕਰ ਲਓ ਮੁਰੀਦ ਜੀ, ਕਲਮਾ ਪੜਾਓ ਮੈਨੂੰ, ਕਰ ਲਓ ਮੁਰੀਦ ਜੀ। ਅੱਲਾਹ ਸੱਚੇ ਦੀ ਮੰਨਾ, ਸੱਚੀ ਤੌਹੀਦ ਜੀ, ਤੇ ਤੁਸੀਂ ਸੱਚੇ ਰਸੂਲ ਹੋ ਗਈ, ਦਿਲੋਂ ਤਾਈਦ ਜੀ, ਕਸਮ ਖੁਦਾ ਦੀ ਨਾਈ, ਗੁੰਜੈਸ਼ ਇਨਕਾਰ ਦੀ, ਚੌਂਕ ਹਬੀਬ ਵਾਲੀ ਸੀਨੇ ਨੂੰ ਠਾਰ ਦੀ। ਇਹ ਬਾਹਰ ਖਲੋਤਾ ਦਿਲ ਵਿੱਚ ਸੋਚਾਂ ਦੁੜਾਉਂਦਾ, ਦੁਸ਼ਮਣ ਤੇ ਇੰਜ ਨਹੀਂ ਕੋਈ ਰਹਿਮ ਕਮਾਉਂਦਾ, ਮੈਂ ਕਰਦਾ ਰਿਹਾ ਸਖਤੀ ਪਰ ਉਹ ਨਰਮੀ ਵਿਖਾਉਂਦਾ, ਇਹ ਖੁਲਕ ਗਵਾਹੀ ਦਿੰਦਾ ਅਹਿਮਦ ਸਚਿਆਰ ਦੀ, ਚੌਕ ਹਬੀਬ ਵਾਲੀ ਸੀਨੇ ਨੂੰ ਠਾਰ ਦੀ। ਹੁਣ ਨਬੀ ਪਾਕ ਅਲੈਹਿ ਸਲਾਮ ਨੇ ਕਲਮਾ ਪੜਾਇਆ ਤੇ ਮੁਸਲਮਾਨ ਬਣਾ ਛੱਡਿਆ ਏ। ਇੱਕ ਹੋਰ ਆਲੇ ਦਿਲ ਤੜਪਿਆ, ਹਦੀਸ ਪਾਕ ਦਾ ਤਰਜਮਾ ਕੀਤਾ ਤੇ ਕਮਾਲ ਕਰ ਦਿੱਤੀ ਏ। ਇੱਕ ਦਿਨ ਪਕੜ ਸੁਮਾਮਾ ਨੂੰ, ਅਸਹਾਬ ਨਬੀ ਦੇ ਲੈ ਆਏ। ਇੱਕ ਦਿਨ ਪਕੜ ਸੁਮਾਮਾ ਨੂੰ, ਅਸਹਾਬ ਨਬੀ ਦੇ ਲੈ ਆਏ। ਇਹਨੂੰ ਬੰਨ ਛੱਡੋ ਨਾਲ ਇਸ ਥੰਮੇ ਦੇ, ਅੱਲਾ ਦਾ ਨਬੀ ਇਹ ਫਰਮਾਏ, ਇਹਦਾ ਖਾਣਾ ਮੇਰੇ ਘਰੋਂ ਆਵੇਗਾ। ਉਹ ਮਸਜਿਦ ਦੇ ਨਮਾਜ਼ੀਓ, ਉਹ ਮਸਜਿਦ ਦੀ ਇੰਤਜ਼ਾਮੀਆਂ, ਮਸਜਿਦ ਦੇ ਅੰਦਰ ਅਗਰ ਕੋਈ ਮਹਿਮਾਨ ਮੁਸਾਫਰ ਪਰਦੇਸੀ ਆ ਜਾਏ, ਉਹ
ਵੇਂਦਾ ਤੇ ਸੋਚਦਾ ਹੀ ਰਹਿ ਜਾਂਦਾ ਏ। ਨਮਾਜ਼ੀ ਨਮਾਜ਼ਾਂ ਪੜ੍ਹ ਕੇ ਚਲੇ ਗਏ ਨੇ, ਕਿਸੇ ਵੀ ਮੈਨੂੰ ਰੋਟੀ ਨਹੀਂ ਪੁੱਛੀ, ਕਿਸੇ ਮੈਨੂੰ ਪਾਣੀ ਨਹੀਂ ਪੁੱਛਿਆ, ਸਾਰੇ ਇੱਕ ਦੂਜੇ ਵੱਲ ਵੇਂਦੇ ਹੀ ਰਹਿੰਦੇ ਨੇ। ਕੌਣ ਮੁਸਾਫਰ ਦੀ ਰੋਟੀ ਇਕੱਲੇ ਦਾ, ਕੌਣ ਇਹਨੂੰ ਪਾਣੀ ਪਿਲਾਏਗਾ। ਮਹੀਨਾ ਮਹੀਨਾ ਮੇਰੇ ਪੈਗੰਬਰ ਦੇ ਘਰ ਅੰਦਰ ਚੁੱਲ੍ਹੇ ਵਿੱਚ ਅੱਗ ਨਹੀਂ ਬਲਦੀ, ਪਰ ਆਪਦੇ ਜਜ਼ਬਾਤ ਵੇਖ ਲਓ। ਮਸਜਿਦ ਨਬਵੀ ਦੇ ਸਦਰ ਹਜ਼ਰਤ ਮੁਹੰਮਦ ਕਰੀਮ ਸੱਲੱਲਾ ਸਲਮ ਫਰਮਾਇਆ, ਇਹਦਾ ਖਾਣ ਮੇਰੇ ਘਰੋਂ ਆਵੇਗਾ, ਇਹਦਾ ਖਾਣ ਮੇਰੇ ਘਰੋਂ ਆਵੇਗਾ। ਕਰਾਂ ਖਿਦਮਤਾਂ ਇਸ ਮਹਿਮਾਨ ਦੀਆਂ, ਕਿਆ ਬਾਤਾਂ ਕਿਆ ਬਾਤਾਂ ਨਬੀ ਦੀ ਸ਼ਾਨ ਦੀਆਂ, ਤੁਮਾਂ ਪੈ ਗਈਆਂ ਜੱਗ ਤੇ ਆਉਂਦੀਆਂ। ਜਿੱਥੋਂ ਇੱਕ ਵਾਰੀ ਆਕਾ ਲੰਘ ਜਾਂਦਾ, ਉਹਨਾਂ ਥਾਵਾਂ ਨੂੰ ਰੱਬ ਰੰਗ ਲਾਉਂਦਾ, ਉਹ ਟੁਕੜਾ ਜੰਨਤ ਦਾ ਕਹਿਲਾਉਂਦਾ, ਉਹ ਰਾਵਾਂ ਵੀ ਅਦਬ ਕਰਾਂਦੀਆਂ। ਕਿਆ ਬਾਤਾਂ ਨਬੀ ਦੀ ਸ਼ਾਨ ਦੀਆਂ, ਤੁਮਾਂ ਪੈ ਗਈਆਂ ਜੱਗ ਤੇ ਆਉਂਦੀਆਂ। ਸੁਭਾਨ ਅੱਲਾ, ਜਿੱਥੇ ਆਕਾ ਨੇ ਲਾਈਆਂ ਤਲੀਆਂ ਨੇ, ਉੱਤੇ ਰੋਸ਼ਨ ਅੱਜ ਵੀ ਗਲੀਆਂ ਨੇ, ਖਿੜੇ ਫੁੱਲ ਨੂਰਾਨੀ ਕਲੀਆਂ ਨੇ। ਅੱਲਾ ਹਿੰਮਤਾਂ ਦੇਵੇ ਉੱਥੇ ਜਾਂਦੀਆਂ। ਖੁਲਾਸੇ ਕਲਾਮ ਕੀ ਏ, ਉਹਦੀ ਸੁਨਤ ਦਿਲ ਨਾਲ ਲਾਈ ਜਾ, ਆਕਾ ਤੇ ਦਰੂਦ ਪੁਚਾਈ ਜਾ, ਉਹਦੀ ਸੁਨਤ ਦਿਲ ਨਾਲ ਲਾਈ ਜਾ, ਆਕਾ ਤੇ ਦਰੂਦ ਪੁਚਾਈ ਜਾ, ਡੇਰੇ ਜੰਨਤ ਦੇ ਵਿੱਚ ਲਾਈ ਜਾ। ਕਰ ਕੋਸ਼ਿਸ਼ਾਂ ਅਮਲ ਕਮਾਉਂਦੀਆਂ, ਕਿਆ ਬਾਤਾਂ ਨਬੀ ਦੀ ਸ਼ਾਨ ਦੀਆਂ, ਤੁਮਾਂ ਪੈ ਗਈਆਂ ਜੱਗ ਤੇ ਆਉਂਦੀਆਂ। ਅੱਲਾ ਮੇਰੀ ਤੁਹਾਡੀ ਤਬੀਅਤ ਔਰ ਮੇਰਾ ਤੁਹਾਡਾ ਮਜ਼ਾਜ ਅੱਲਾ ਸੋਹਣੇ ਮਹਿਬੂਬ ਅਲੈਹਿ ਸਲਾਤੁ ਵਸਲਾਮ ਦੀ ਸੀਰਤ ਦੇ ਐਨ ਮੁਤਾਬਕ ਕਰ ਦੇ। ਅੱਲਾ ਆਪ ਦੀ ਇੱਕ ਇੱਕ ਅਦਾ ਨਾਲ ਸੱਚੀ ਮੁਹੱਬਤ ਅਤੇ ਪਿਆਰ ਕਰਨ ਦੀ ਤੌਫੀਕ ਨਸੀਬ ਫਰਮਾਏ। ਵਾ ਆਖਿਰ ਦਾਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ।